ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੇਰੇ ਦੂਜੀ ਵੀਡੀਓ ਦੇ ਵਿੱਚ। ਵੀਡੀਓ ਵੀ ਵਲੋਗ ਵੀ ਇੱਕੋ ਹੀ ਗੱਲ ਆ, ਸਵਾਗਤ ਹੀ ਆ ਵਾ ਤੁਹਾਡਾ। ਅਤੇ ਅੱਜ ਬਦਲਣੇ ਜਿਹੜੇ ਟਾਇਰ ਟੂਰ ਬਦਲ ਕੇ ਫਿਰ ਲਿਜਾਣੀ ਇਹ ਮੋਗੇ, ਕੰਮ ਕੁੰਮ ਕਰਾਉਣਾ ਇਹਦਾ ਮਾੜਾ ਮੋਟਾ, ਫਿਰ ਜਾਇਆ ਕਰੂਗੇ ਕਿੰਨੂਆਂ ਦੇ ਗੇੜੇ 'ਤੇ। ਬਸ ਲੈ ਕੇ ਚੱਲਦੇ ਹਾਂ, ਥੋੜ੍ਹੇ ਟਾਈਮ ਨੂੰ ਸਟਾਰਟ ਕੀਤੀ ਆ, 5 ਦਿਨਾਂ ਬਾਅਦ ਸਟਾਰਟ ਕੀਤੀ ਅੱਜ। ਬਸ ਦੱਸਦੇ ਹਾਂ ਤੁਹਾਨੂੰ ਕੀ ਮਾਹੌਲ ਚਾਲ ਹੈ। ਜੋ ਬਈ ਤੁਰ ਪਏ ਟਾਇਰ ਬਦਲਣ ਲਈ, ਆਵਾਜ਼ ਤਾਂ ਛੱਡ ਦੋ। ਥੋੜ੍ਹੇ ਦਿਨਾਂ ਤੱਕ ਜਾਵਾਂਗੇ ਕਿੰਨੂਆਂ ਦਾ ਗੇੜਾ ਭਰਨ, ਉੱਧਰ ਹੋਊਗਾ ਮਾਹੌਲ ਘੈਂਟ, ਭਾੜਾ ਭੂੜਾ ਉੱਧਰ ਜਾਇਆ ਕਰਾਂਗੇ। ਇੱਕ ਹੋਰ ਗੱਡੀ ਆ, ਉਹ ਆਈ ਨਹੀਂ ਸੀ ਹਲੇ, ਅਸੀਂ 2 ਗੱਡੀਆਂ ਇਕੱਠੀਆਂ ਜਾਂਦੀਆਂ ਹੁੰਦੀਆਂ, ਫਿਰ ਦਿਖਾਵਾਂਗੇ ਤੁਹਾਨੂੰ ਕੀ ਬਣਦਾ। ਲੋ ਵੀ ਪਹੁੰਚ ਗਏ, ਹੁਣ ਜਿਹੜਾ ਮੂਹਰਲਾ ਟਾਇਰ ਆ ਇਹ ਲਾ ਕੇ ਕਰਨਾ ਵਾ ਸਟਿੱਪਣੀ ਵਾਲੇ 'ਤੇ, ਸਟਿੱਪਣੀ ਵਾਲਾ ਕਰਨਾ ਵਾ ਮੂਹਰੇ, ਟਾਇਰ ਉਹੀ ਰੱਖਣਾ, ਕਹਿੰਦਾ ਰਿਮ ਚੇਂਜ ਕਰਨਾ। ਰਿਮ ਥੋੜ੍ਹਾ ਜਿਹਾ ਚੱਕਰ ਜਿਹਾ ਗਲਤ ਆ ਉਹਦਾ ਰਿਮ ਦਾ, ਬਾਕੀ ਓਕੇ ਆ ਜਾਵਾਂ। ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਕਨੇਡਾ ਅਤੇ ਅਮਰੀਕਾ, ਗੱਲ ਵੀ ਠੀਕ ਆ, ਚਾਹੀਦਾ ਵੀ ਐਂ ਹੈ। ਆ ਜੱਸੂ ਡੌਨ, ਇਹ ਕੱਢੂ ਚੈਬਰ ਇੱਕ ਚੀਜ਼ ਦੇ, ਧੁੰਦਲ ਧੁੰਦਲ ਹੋਈ ਪਈ ਇੱਥੇ ਟਰੱਕਾਂ ਨਾਲ, ਉਹਦੇ ਲਾਗੇ ਖੋਲਣ ਮੁੰਡੇ। ਆ ਰਹੀ ਸਟਿੱਪਣੀ, ਆ ਰਿਮ ਆਪਾਂ ਲਾਉਣਾ ਉੱਥੇ ਅਤੇ ਉਹ ਵਾਲਾ ਲਾਉਣਾ ਇੱਥੇ, ਸਟਿੱਪਣੀ ਆਪਾਂ ਟਾਇਰ ਉਹੀ ਰੱਖਣਾ, ਸਟਿੱਪਣੀ ਬਦਲ ਦੇਣੀ ਇਕੱਲੀ। ਟਾਇਰ ਆਹੀ ਰੱਖਣਾ, ਕਹਿੰਦਾ ਰਿਮ ਬਦਲ ਦੇਣਾ ਆਪਾਂ, ਬਾਕੀ ਕਰਦੇ ਹੱਲ। ਕਿਵੇਂ ਬਈ ਰਿਮ ਖੋਲ ਲਿਆ ਆਪਾਂ ਦੋਨੇ, ਹੁਣ ਕਰਦੇ ਐਕਸਚੇਂਜ, ਹੱਥ ਹੁੱਥ ਲਿਬੜ ਕੇ ਪੂਰੇ। ਇਹ ਮੁੰਡਾ ਝੋਟਾ ਕਹਿਣ ਨੂੰ ਕੀ ਕਹਿਣਾ, ਨਾਟ ਗਿਆ ਰਾਂ ਇਹ। ਬਸ ਹੁਣ ਸਾਫ ਸੂਫ ਕਰਕੇ ਕਰਦੇ ਇੱਧਰ ਉੱਧਰ, ਲੋ ਬਈ ਟਾਇਰ ਤਾਂ ਬਦਲਾ ਲਏ ਆਪਾਂ, ਆਹ ਟਾਇਰ ਬਦਲ ਲਿਆ ਮੂਲ, ਅਤੇ ਸਟਿੱਪਣੀ ਆਪਾਂ ਉੱਥੇ ਉਵੇਂ ਟੰਗਤੀ, ਉਹ ਟਾਇਰ ਓਕੇ ਪਾਵਾਂਗੇ ਯਾਰ ਨਵਾਂ ਕੋਲ, ਕੇਰਾ ਆਪਾਂ ਹੀ ਟੰਗਤੀ, ਉਹ ਰੋਕ ਕੇ ਪਵਾਵਾਂਗੇ, ਜਦੋਂ ਗੇੜੇ ਗੁੜੇ 'ਤੇ ਜਾਣਾ ਹੋਇਆ ਨਾ ਉਦੋਂ ਪਵਾਵਾਂਗੇ ਟਾਇਰ, ਉਨਾ ਟਾਈਮ ਆਈ ਚਲਾਉਂਦੇ ਹਾਂ। ਲਓ ਬਈ ਹੁਣ ਸੀਟਾਂ ਖੋਲੀਆਂ ਵਾ ਅਤੇ ਇਹਦੀਆਂ ਗੁੱਦ ਗੁੱਦ ਲਵਾਉਣੀ, ਡਰਾਈਵਰ ਕਹਿੰਦਾ ਮੈਂ ਔਖਾ ਉਹਨਾਂ ਪੋਲੀ ਸੀਟ 'ਤੇ ਬੈਠਿਆ ਕਰਨਾ, ਕਹਿੰਦਾ ਹੁਣ ਸੀਟਾਂ ਸੂਟਾਂ ਖੋਲਤੀਆਂ ਆਪਾਂ,
ਇਹ ਵੀ ਖੋਲਣੀ ਆ ਤੇ ਅੰਦਰਲੇ ਸੋਫੇ ਸੂਫੇ ਵੀ ਖੋਲਣੇ ਸਾਰੇ ਤੇ ਬਾਕੀ ਇਹ ਮੁੰਡੇ ਚਾਹੀਦਾ ਜ਼ਿਆਦੇ ਤਾਂ ਲਿਆ ਪਵਾ ਦਿੰਦੇ ਹੱਥ ਛੱਡਦੇ ਰੱਖਦੇ ਪੂਰੇ ਵਲੌਗਰ ਬਣ ਚੁੱਕੇ ਆਪਾਂ ਹੁਣ ਇੱਕ ਹੱਥ ਨਾਲ ਵੀਡੀਓ ਸ਼ੂਟ ਕਰ ਸਕਦੇ ਹਾਂ ਇਹ ਬਈ ਖਰਾਬ ਹੋ ਗਈ ਸੀਟ ਜਮਾਂ ਹੀ ਆਹ ਇੱਥੋਂ ਆਏ ਪੂਰੀ ਵਧੀਆ ਵਧੀਆ ਕਰਕੇ ਬਣਾ ਲਾ ਕੇ ਬਣਾਵਾਂਗੇ ਬਾਕੀ ਇੱਥੇ ਟਰੱਕ ਖੜ੍ਹੇ ਆਪਣਾ ਟਰੱਕ ਇੱਥੇ ਹੀ ਖੜ੍ਹਾ ਹੁੰਦਾ ਵੀਰ ਢਾਬੇ ਦੇ ਲਓ ਬਈ ਸੀਟਾਂ ਸੂਟਾਂ ਰੱਖ ਲਈਆਂ ਵਿੱਚ ਇਹਦੇ ਹੁਣੇ ਲੈ ਕੇ ਆਉਂਦੇ ਸੀਟ ਕਵਰ ਵਾਲਿਆਂ ਦਾ ਸਾਰੇ ਕਵਰ ਕਵਰ ਪਵਾ ਲੈਣੇ ਆਪਾਂ ਆਹ ਸੀਟਾਂ ਖੋਲ੍ਹ ਖੋਲ੍ਹ ਕੇ ਮਸਾਂ ਰੱਖੀਆਂ ਚਲੋ ਕੋਈ ਨਾ ਸਹੀ ਹੈ ਚੱਲਦੇ ਹਾਂ ਉਹਦੇ ਲੈ ਕੇ ਹੁਣ ਦੇਖ ਡਿੱਗੀ ਡੁੱਗੀ ਲੱਗਦੀ ਕਿ ਨਹੀਂ ਲੈ ਬਈ ਡਿੱਗੀ ਤਾਂ ਲੱਗ ਗਈ ਲੈ ਭਰੀ ਗਈ ਚਲੋ ਸਹੀ ਹੈ ਤੁਰਦੇ ਹਾਂ ਹੁਣ ਓਏ ਗੱਡੀ ਲੱਦ ਲਈ ਪੂਰੀ ਓਵਰਲੋਡ ਇੱਥੇ ਆ ਗਿਆ ਹਾਂ ਟਰੱਕ ਨੀ ਆਪਾਂ ਓਵਰਲੋਡ ਕਰ ਦਿੰਦੇ ਐਂ ਹੋ ਗਈ ਗੱਡੀ ਝੋਨੇ ਵੇਲੇ ਸਹੀ ਗੱਲ ਇਹ ਹੁਣ ਰੋਂਗ ਸਾਈਡ ਹੈਗੇ ਅਸੀਂ ਚਲੋ ਬਈ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਆਹ ਵਲੌਗ ਦੀ ਕਰਦੇ ਸਮਾਪਤੀ ਆਪਾਂ ਇੱਥੇ ਕੀ ਪਤਾ ਕੰਟੀਨਿਊ ਹੋ ਜਾਏ ਫਿਲਹਾਲ ਤਾਂ ਸਮਾਪਤੀ ਹੋਈ ਆ ਬਾਕੀ ਦੱਸਦੇ ਹਾਂ ਤੁਹਾਨੂੰ ਅਗਲਾ ਵਲੌਗ ਕਦੋਂ ਪਾਉਣਾ ਆਇਆ ਸਟੋਰੀ ਪਾ ਲੈਣੀ ਇੰਸਟਾ 'ਤੇ ਆਪਾਂ ਫੈਨ ਫੋਲੋ ਵੀ ਜ਼ਿਆਦਾ ਆ ਆਪਣੇ ਚਲੋ ਠੀਕ ਹੈ ਜੀ ਮਿਲਦੇ ਫਿਰ ਓਹੋ